ਕਿੰਨੇ ਏਕੜ ਦੇ ਵਿੱਚ ਇਹ ਜਿਹੜੀ ਇਨਕਲੇਵ ਕੱਟੀ ਗਈ ਇਹ ਆਪਣੀ 12 ਏਕੜ ਦੇ ਵਿੱਚ ਪੁੱਡਾ ਫਰੂਟ ਕਲੋਨੀ। ਆਪਣੇ ਕੋਲ ਇੱਥੇ 150 ਪਲਾਟ ਨੇ ਟੋਟਲੀ, 150 ਪਲਾਟ ਆ ਜੀ, ਅਤੇ ਆਪਣੇ 100 ਗਜ਼ ਤੋਂ ਲੈ ਕੇ 350 ਗਜ਼ ਦੇ ਵਿੱਚ ਸਾਰੇ ਪਲਾਟ ਆ ਅਲੱਗ ਅਲੱਗ। ਕੋਈ NOC ਦੀ ਕੋਈ ਪ੍ਰੋਬਲਮ ਨਹੀਂ, ਤੁਸੀਂ ਮੰਨ ਲਓ ਅੱਜ ਹੀ ਤੁਸੀਂ ਰਜਿਸਟਰੀ ਕਰਾਉਣਾ, ਤੁਸੀਂ ਅੱਜ ਵੀ ਰਜਿਸਟਰੀ ਕਰਾ ਸਕਦੇ ਹੋ। ਚੱਲ ਜੀ, ਆਪਾਂ ਸਪੈਸ਼ਲ ਇੱਥੇ 2 ਪਾਰਕ ਲਾਏ ਬਣਾਏ ਹੋਏ ਜੀ। ਠੀਕ ਹੈ ਜੀ। ਇਹਦੇ ਵਿੱਚ ਬੱਚਿਆਂ ਵਾਸਤੇ ਝੂਲੇ ਸਟੈਚੂ ਆਪਾਂ ਵਧੀਆ ਮਾਡਰਨ ਲੈ ਕੇ ਆਏ ਸੀ। ਅਤੇ ਤੁਸੀਂ ਜਦੋਂ ਪਲਾਟ ਲਿਆ ਹੁਣ ਆਲਾ ਦੁਆਲਾ ਚੈੱਕ ਹੀ ਕੀਤਾ ਹੋਣਾ ਵੀ ਕੀ ਰੇਟ ਚੱਲਦਾ, ਉਹਦੇ ਹਿਸਾਬ ਨਾਲ ਰੇਟ ਠੀਕ ਨੇ? ਮੰਡੀ ਤੋਂ ਅੱਧ ਰੇਟ 'ਚ ਮਿਲਿਆ ਜੀ ਮੈਨੂੰ, ਸ਼ਾਂਤੀ ਆ, ਬਹੁਤ ਵਧੀਆ ਮਾਹੌਲ ਹੈ, ਜੰਗਲ 'ਚ ਮੰਗਲ ਲੱਗਿਆ ਹੋਇਆ, ਚੰਡੀਗੜ੍ਹ ਮਾਹੌਲ ਬਣਿਆ, ਮਾਹੌਲ ਮਿਲਿਆ ਯਾਰ ਨਾਲੋਂ ਕਿਤੇ ਵਧੀਆ ਜੀ, ਐਂ ਲੱਗ ਰਿਹਾ ਜੀ ਮੈਂ ਚੰਡੀਗੜ੍ਹ ਫਿਰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਪਹੁੰਚਿਆ ਰਾਮਾ ਮੰਡੀ ਨੀਅਰ ਬਠਿੰਡਾ, ਜਿੱਥੇ ਸ਼੍ਰੀ ਬਾਲਾ ਜੀ ਇਨਕਲੇਵ ਦੇ ਵਿੱਚ ਲੈ ਕੇ ਆਏ ਹਾਂ। ਬਹੁਤ ਸਾਰੇ ਰੀਜਨਲ ਰੇਟ 'ਤੇ ਤੁਹਾਨੂੰ ਪਲਾਟ ਦਿਖਾਉਣੇ ਨੇ, ਜੇ ਤੁਸੀਂ ਘਰ ਬਣਾਉਣਾ ਸ਼ਹਿਰ ਦੇ ਵਿੱਚ ਰਾਮਾ ਮੰਡੀ ਦੇ ਵਿੱਚ, ਤਾਂ ਇਹ ਪਲਾਟ ਦੇਖ ਲਓ, ਬਹੁਤ ਖੁੱਲ੍ਹੀ ਡੁੱਲੀ ਜੇ ਕਹਿ ਦਈਏ, ਇਹ ਕਲੋਨੀ ਕੱਟੀ ਗਈ ਆ ਅਤੇ ਕੁਛ ਘਰ ਇੱਥੇ ਬਣ ਵੀ ਰਹੇ ਨੇ। ਅਤੇ ਸਭ ਤੋਂ ਵੱਡੀ ਗੱਲ ਆ ਵੀ ਪੁੱਡਾ ਅਪਰੂਵਡ ਕਲੋਨੀ ਆ, ਅਤੇ ਬਿਜਲੀ ਵਗੈਰਾ ਦਾ ਕੋਈ ਉਹ ਨਹੀਂ, ਨਾਲ ਦੀ ਨਾਲ NOC ਮਿਲਦੀ ਹੈ। ਮਤਲਬ ਤੁਸੀਂ ਜਦੋਂ ਵੀ ਤੁਹਾਡਾ ਸੌਦਾ ਹੁੰਦਾ ਨਾਲ ਦੀ ਨਾਲ NOC ਕਟਾ ਕੇ ਤੁਸੀਂ ਆਪਣੀ ਕੰਸਟਰਕਸ਼ਨ ਸ਼ੁਰੂ ਕਰ ਸਕਦੇ ਹੋ। ਅਤੇ ਆ ਜਾਓ ਆਪਾਂ ਸਾਰੀ ਗੱਲਬਾਤ ਕਰਾਂਗੇ, ਕਿੰਨੇ ਏਕੜ ਦੇ ਵਿੱਚ ਬਣੀ ਆ, ਕਿੰਨੇ ਪਲਾਟ ਨੇ, ਕੀ ਫੈਸਿਲਿਟੀਆਂ ਇੱਥੇ ਆਪਾਂ ਨੂੰ ਮਿਲਣਗੀਆਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਨਾ ਆਪਾਂ ਲੋਕੇਸ਼ਨ ਦੱਸ ਦਈਏ, ਸ਼੍ਰੀ ਬਾਲਾ ਜੀ ਇਨਕਲੇਵ ਕਿੱਥੇ ਪੈਂਦੀ? ਆਪਣੀ ਨੇੜੇ ਬੱਸ ਸਟੈਂਡ 'ਤੇ ਜੀ। ਜੀ। ਅਤੇ ਆਪਣਾ ਰਾਮਾ ਰੋਡ, ਜਦੋਂ ਆਪਾਂ ਰਾਮਾ ਪਿੰਡੋਂ ਰੋਡ ਜਾਂਦਾ ਉਹਦੇ ਉੱਤੇ ਆਪਣੇ ਮੇਨ ਰੋਡ 'ਤੇ ਜੀ। ਬਾਈ ਜੇ ਗੱਲ ਕਰੀਏ ਕਿੰਨੇ ਏਕੜ ਦੇ ਵਿੱਚ ਇਹ ਜਿਹੜੀ ਇਨਕਲੇਵ ਕੱਟੀ ਗਈ? ਇਹ ਆਪਣੀ 12 ਏਕੜ ਦੇ ਵਿੱਚ ਪੁੱਡਾ ਫਰੂਟ ਕਲੋਨੀ। ਠੀਕ ਹੈ ਜੀ। ਕੱਟੀ ਗਈ ਪੁੱਡਾ ਵੱਲੋਂ ਅਪਰੂਵਡ ਹੈਗੀ? ਪੁੱਡਾ ਵੱਲੋਂ ਅਪਰੂਵਡ ਹੈ। ਠੀਕ ਹੈ ਜੀ। ਅਤੇ ਕਿੰਨੇ ਇਹਦੇ ਵਿੱਚ ਪਲਾਟ ਨੇ ਅਤੇ ਕਿੰਨੇ ਗਜ਼ ਦੇ ਜੀ? ਆਪਣੇ ਕੋਲ 150 ਪਲਾਟ ਨੇ ਟੋਟਲੀ। 150 ਪਲਾਟ ਆ ਜੀ, ਅਤੇ ਆਪਣੇ 100 ਗਜ਼ ਤੋਂ ਲੈ ਕੇ 350 ਗਜ਼ ਦੇ ਵਿੱਚ ਸਾਰੇ ਪਲਾਟ ਆ ਅਲੱਗ ਅਲੱਗ। ਸਾਰੀਆਂ ਆਪਸ਼ਨ ਹੈਗੀਆਂ, ਸਾਰੇ ਸੈਗਮੈਂਟ ਹੈਗੇ। ਹਾਂਜੀ ਹਾਂਜੀ। ਠੀਕ ਹੈ ਜੀ। ਇੱਕ ਆਪਾਂ ਅੱਗੇ ਗੱਲ ਕਰਾਂਗੇ, ਉਸ ਤੋਂ ਪਹਿਲਾਂ ਇੱਧਰ ਸ਼ੋਪਸ ਦੀ ਵੀ ਆਪਣੀ ਰਿਕੁਆਇਰਮੈਂਟ? ਹਾਂ, ਇੱਧਰ ਸ਼ੋਰੂਮ ਨੇ ਜੀ ਆਪਣੇ ਸਾਰੇ, ਇਹਨਾਂ ਦੇ ਜਿਹੜੇ ਗੇਟ ਆ ਦੋਨੇ ਸਾਈਡਾਂ 'ਤੇ ਖੁੱਲ੍ਹਦੇ ਨੇ। ਇੱਧਰ ਬਾਹਰ ਸ਼ੋਪਸ ਆ ਗਈਆਂ ਜੀ। ਠੀਕ ਹੈ ਜੀ। ਕਲੋਨੀ ਵਾਸੀਆਂ ਵਾਸਤੇ ਕੋਈ ਦਿੱਕਤ ਨਹੀਂ ਆਊ। ਠੀਕ ਹੈ ਜੀ। ਬਿਜਲੀ ਬੋਰਡ ਕਰਨੀ ਹੈ ਜੀ, ਪੋਲੂਸ਼ਨ ਬੋਰਡ ਕਰਨੀ, ਸਾਰੀ NOC ਆਪਣੇ ਕੋਲ। ਮਤਲਬ ਸਾਰਾ ਕੁਝ ਜੇ ਅੱਜ ਕੰਸਟਰਕਸ਼ਨ ਸ਼ੁਰੂ ਕਰ ਲਈ, ਹਾਂਜੀ ਅੱਜ ਨਾਲ ਦੀ ਨਾਲ ਆਪਾਂ ਕੋਈ ਸੌਦਾ ਕਰਦੇ ਹਾਂ, ਨਾਲ ਦੀ ਨਾਲ ਆਪਾਂ ਕਲੀਅਰ, ਤੁਸੀਂ ਅੱਜ ਹੀ ਨਕਸ਼ਾ ਅਪਲਾਈ ਕਰਕੇ ਤੁਹਾਡਾ ਪਾਸ ਹੋ ਜੂ। ਠੀਕ ਹੈ ਬਾਈ ਜੀ। ਬਾਈ ਹੁਣ ਗੱਲ ਕਰੀਏ, ਜਦੋਂ ਵੀ ਆਪਾਂ ਕਿਤੇ ਪਲਾਟ ਲੈਂਦੇ ਹਾਂ, ਘਰ ਲੈਂਦੇ ਹਾਂ, ਦੋ ਹੀ ਆਪਣੇ ਵਿੱਚ ਸੁਪਨੇ ਹੁੰਦੇ ਆ। ਇੱਕ ਤਾਂ ਹੁੰਦਾ ਵੀ ਆਪਾਂ ਸ਼ਾਂਤੀ ਵਾਲਾ ਮਾਹੌਲ ਪਾਲਦੇ ਹਾਂ, ਸਹੀ ਹੈ, ਵੀ ਵਧੀਆ ਏਰੀਆ ਹੋਵੇ। ਹਾਂਜੀ। ਦੂਸਰਾ ਆਪਣਾ ਹੁੰਦਾ ਇਨਵੈਸਟਮੈਂਟ ਪਰਪਜ਼, ਤਾਂ ਦੋਨਾਂ ਲਈ ਕੀ ਫੈਸਿਲਿਟੀਆਂ ਇੱਥੇ ਹੈਗੀਆਂ ਨੇ? ਇਹ ਦੋਨਾਂ ਲਈ ਬਹੁਤ ਵਧੀਆ, ਜਿਵੇਂ ਰੈਸੀਡੈਂਸ ਏਰੀਆ ਵਧੀਆ ਜੀ। ਜੇ ਇਹਦੇ ਵਿੱਚ ਹੁਣ ਮੰਨ ਲਓ ਰਿਹਾਇਸ਼ਾਂ ਵਧੀਆ, ਅਗਰਵਾਲ ਪਰਿਵਾਰ ਦਾ ਵਧੀਆ ਪਰਿਵਾਰਾਂ ਦੇ ਇੱਥੇ ਮਕਾਨ ਬਣਾਏ ਹੋਏ ਆ, 8-9 ਰਿਹਾਇਸ਼ਾਂ ਇਸ ਟਾਈਮ ਕਰੰਟ ਚੱਲ ਰਹੀਆਂ ਜੀ ਇੱਥੇ। ਠੀਕ ਹੈ ਜੀ। ਅਤੇ 6-7 ਕੋਠੀਆਂ ਹੁਣ ਕਰੰਟ ਤਿਆਰ ਹੋ ਰਹੀਆਂ ਨੇ ਜੀ। ਠੀਕ ਹੈ ਜੀ। ਅਤੇ ਜੇ ਇਨਵੈਸਟਮੈਂਟ ਦੇ ਤੌਰ 'ਤੇ ਵੀ ਦੇਖੇ ਤਾਂ ਇਨਵੈਸਟਮੈਂਟ ਵਾਸਤੇ ਬਹੁਤ ਵਧੀਆ ਏਰੀਆ ਜੀ। ਠੀਕ ਹੈ। ਖੁੱਲ੍ਹਾ ਡੁੱਲਾ ਏਰੀਆ, ਸ਼ਹਿਰ ਦੀ ਜਿਹੜੀ ਆਬਾਦੀ ਤੋਂ ਬਾਹਰ ਏਰੀਆ ਹੋ ਗਿਆ, ਪੋਲੂਸ਼ਨ ਤੋਂ ਬਾਹਰ, ਆਲੇ ਦੁਆਲੇ ਗ੍ਰੀਨਰੀ ਆ ਅਤੇ ਅੰਦਰ ਵੀ ਗ੍ਰੀਨਰੀ, ਅੰਦਰ ਸਾਰੀ ਟੋਟਲ ਗ੍ਰੀਨਰੀ ਲੱਗੀ। ਠੀਕ ਹੈ ਜੀ। ਰੋਡ ਜਿਵੇਂ ਆਪਾਂ ਦੇਖ ਰਹੇ ਹਾਂ ਬਾਈ, ਇਹਦਾ ਮਤਲਬ 50 ਫੁੱਟ ਲੱਗਦਾ? ਨਹੀਂ, ਇਹ 65 ਫੁੱਟ ਰੋਡ ਆ ਜੀ। 65 ਫੁੱਟ ਜੀ ਮੇਨ। ਠੀਕ ਹੈ ਜੀ। ਤੇ ਜਿਹੜੇ ਬਾਈ ਬਿਜਲੀ ਰੋਡ ਨੇ, ਇਹਦੇ ਛੋਟੇ ਜਿਹੜੇ ਰੋਡ ਨੇ ਜੀ, ਇਹ 35 ਫੁੱਟ 35 ਫੁੱਟ ਨੇ ਸਾਰੇ, ਇਹ 35 ਫੁੱਟ ਨੇ ਜਿਹੜੇ ਆਪਣੇ ਜੁਆਇੰਟ ਹੁੰਦੇ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਬਾਈ ਪਾਣੀ ਦੀ ਗੱਲ ਕਰੀਏ, ਪਾਣੀ ਇਹਦੇ ਵਾਟਰ ਸੀਵਰੇਜ ਸਾਰੇ ਪਲਾਟ ਨੂੰ ਆਪਾਂ ਕਨੈਕਸ਼ਨ ਦਿੱਤੇ ਹੋਏ ਜੀ। ਠੀਕ ਹੈ ਜੀ। ਸਾਰਾ ਪਾਣੀ 24 ਘੰਟੇ ਇੱਥੇ ਪਾਣੀ ਦੀ ਵਿਵਸਥਾ ਜੀ। ਠੀਕ ਹੈ ਜੀ। ਵਾਟਰ ਸੀਵਰੇਜ ਦਾ ਤੁਸੀਂ ਇੱਧਰ ਦੇਖ ਵੀ ਸਕਦੇ ਹੋ ਦੋਸਤੋ, ਮਤਲਬ ਸਾਰੇ ਪਲਾਟ ਦੇ ਵਿੱਚ
ਆਪਣਾ ਵਾਟਰ ਦੀ ਸਪਲਾਈ ਸਾਰੇ ਪਲਾਟਾਂ ਨੂੰ ਕੱਲੇ ਕੱਲੇ ਪਲਾਟ ਦਿੱਤੀ। ਠੀਕ ਹੈ ਜੀ। ਇਸ ਤੋਂ ਇਲਾਵਾ ਗ੍ਰੀਨਰੀ ਦਾ ਪੂਰਾ ਧਿਆਨ ਰੱਖਿਆ ਗਿਆ? ਸਿਕਿਉਰਿਟੀ ਆਪਣੇ ਗੇਟ 'ਤੇ 24 ਘੰਟੇ ਅਵੇਲੇਬਲ ਹੈ ਜੀ। ਠੀਕ ਹੈ ਜੀ। ਸਿਕਿਉਰਿਟੀ ਪਰਪਜ਼ ਵਾਸਤੇ ਵੀ, ਬੱਚਿਆਂ ਵਾਸਤੇ। ਠੀਕ ਹੈ ਜੀ। ਅਤੇ ਵਧੀਆ ਸਿਕਿਉਰਿਟੀ ਅਤੇ ਲਾਈਟਿੰਗ ਦਾ ਵੀ ਮੈਂ ਦੇਖ ਰਿਹਾ ਵੀ ਰਾਤ ਨੂੰ ਸ਼ਹਿਰ ਸ਼ੂਟ ਕਰ ਰਹੇ ਹਾਂ ਜੀ। ਪੂਰਾ ਮਤਲਬ ਪ੍ਰਬੰਧ ਕੀਤਾ ਹੋਇਆ? ਹਾਂਜੀ ਹਾਂਜੀ, ਸਾਰੀ ਲਾਈਟਿੰਗ ਪ੍ਰੋਪਰ LED ਲਾਈਟਿੰਗ ਲਗਵਾਈ ਹੋਈ ਜੀ। ਅਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੋਸਤੋ, ਜਿਵੇਂ ਆਪਾਂ ਹਰ ਕੋਈ ਚਾਹੁੰਦਾ ਵੀ ਸ਼ਾਂਤੀ ਪਸੰਦ, ਕੋਈ ਜੌਬ ਵਾਲਾ ਮਿੱਤਰ ਹੁੰਦਾ ਹੈ ਵੀ ਯਾਰ ਮੈਨੂੰ ਕੋਈ ਰੋਕ ਟੋਕ ਨਾ ਹੋਵੇ, ਮੈਨੂੰ ਟੈਨਸ਼ਨ ਨਾ ਹੋਵੇ। ਹਾਂਜੀ ਹਾਂਜੀ। ਤੇ ਗੇਟ ਤੇ ਸਿਕਿਉਰਿਟੀ ਹੈਗੀ ਆ, 24 ਘੰਟੇ ਅਵੇਲੇਬਲ ਹੋਊਗੀ ਜੀ। ਜਦੋਂ ਵੀ ਪਰਸਨ ਨੇ ਕਿਤੇ ਬਾਹਰੋਂ ਆਉਣਾ ਫੰਕਸ਼ਨ ਤੋਂ ਆਉਣਾ, ਰਾਤ ਨੂੰ 2 ਵਜੇ ਆਉਣ, 3 ਵਜੇ ਆਉਣ, ਉਹਨਾਂ ਗੇਟ ਖੋਲੂਗਾ ਨਾਲ ਦੇ ਨਾਲ ਜੀ। ਅਤੇ ਇੱਧਰ ਜਿਵੇਂ ਰਿਹਾਇਸ਼ ਵੀ ਹੈਗੀ ਆ ਪਹਿਲਾਂ, ਅਤੇ ਇਸ ਤੋਂ ਇਲਾਵਾ ਗੱਲ ਕਰੀਏ ਬੱਚਿਆਂ ਲਈ ਜਿਵੇਂ ਖੇਡਾਂ ਦੀਆਂ। ਬੱਚਿਆਂ ਲਈ ਆਪਾਂ ਸਪੈਸ਼ਲ ਇੱਥੇ 2 ਪਾਰਕ ਬਣਾਏ ਹੋਏ ਜੀ। ਠੀਕ ਹੈ ਜੀ। ਇਹਦੇ ਵਿੱਚ ਬੱਚਿਆਂ ਵਾਸਤੇ ਝੂਲੇ ਸਟੈਚੂ ਆਪਾਂ ਵਧੀਆ ਮਾਡਰਨ ਲੈ ਕੇ ਆਏ ਸੀ। ਠੀਕ ਹੈ ਜੀ। ਅਤੇ ਮਾਡਰਨ ਝੂਲੇ ਬੱਚਿਆਂ ਵਾਸਤੇ ਖੇਡਣ ਵਾਸਤੇ ਲਾਇਆ, ਬਜ਼ੁਰਗਾਂ ਦੇ ਬੈਠਣ ਵਾਸਤੇ ਪਾਰਕ ਦੇ ਵਿੱਚ ਸੀਟਿੰਗ ਟੇਬਲ ਵਗੈਰਾ ਵਧੀਆ ਆਪਾਂ ਲਗਾਇਆ, ਪੂਰੀ ਖੁੱਲੀ ਡੁੱਲੀ ਜੇ ਕਹਿ ਦਈਏ ਬੱਚਿਆਂ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਪਾਰਕ ਬਣੀ ਹੋਈ ਹੈ। ਹਾਂਜੀ। ਅਤੇ ਕਿਉਂਕਿ ਹੁਣ ਤਾਂ ਜ਼ਿਆਦਾ ਗਰਮੀ, ਆਪਾਂ ਠੰਡਾਂ ਦੇ ਵਿੱਚ ਇਹੀ ਚੀਜ਼ ਬਹੁਤ ਕੰਮ ਆਉਂਦੀ ਹੈ, ਅਤੇ ਨਹੀਂ ਸਾਰਾ ਦਿਨ ਮੋਬਾਈਲ TV ਦੇ ਬੱਚੇ ਬੈਠੇ ਰਹਿੰਦੇ ਨੇ, ਨਹੀਂ ਸਹੀ ਹੈ। ਅਤੇ ਇਹ ਵੀ ਆਪਾਂ 2 ਆਪਸ਼ਨ ਦਿੱਤੀਆਂ ਹੋਈਆਂ ਨੇ। ਹਾਂਜੀ। ਅਤੇ ਇਸ ਤੋਂ ਇਲਾਵਾ ਬਿਜਲੀ ਦਾ ਵੀ ਮੈਂ ਦੇਖ ਰਿਹਾ, ਸਾਰੇ ਟਰਾਂਸਫਾਰਮਰ ਅੰਦਰ ਹੀ ਲੱਗੇ ਹੋਏ ਨੇ। ਬਿਜਲੀ ਦਾ ਕੰਮ ਕੰਪਲੀਟ ਆ ਜੀ, ਪ੍ਰੋਪਰ NOC ਆ ਜੀ। ਠੀਕ ਹੈ। ਇਕੱਲੇ ਇਕੱਲੇ ਘਰ ਨੂੰ ਕਨੈਕਸ਼ਨ, ਮੰਨ ਲਓ ਅੱਜ ਵੀ ਉਹਨਾਂ ਦੀ ਕੋਠੀ ਜਦੋਂ ਕੰਪਲੀਟ ਹੁੰਦੀ ਹੈ ਅਤੇ ਕਨੈਕਸ਼ਨ ਨਾਲ ਦਿਆਂ, ਕੋਈ ਇਹ ਰੋਕ ਟੋਕ ਨਹੀਂ ਹੋਈ। ਠੀਕ ਹੈ ਜੀ। ਪੰਜਾਬ ਸਰਕਾਰ ਵੱਲੋਂ ਅੱਜ ਦੇ ਟਾਈਮ ਜਿਹੜੀ NOC ਲਗਾਈ ਗਈ ਆ, ਉਹ ਆਪਣੀ ਕਲੋਨੀ ਤੋਂ ਕੋਈ ਉਹ ਨਹੀਂ, ਅਤੇ ਆਪਣੀ ਅੱਜ ਵੀ ਆਪਣਾ NOC ਕੋਈ ਦਿੱਕਤ। ਇੱਧਰ ਤੁਸੀਂ ਦੇਖ ਵੀ ਸਕਦੇ ਦੋਸਤੋ, ਵੱਡੀਆਂ ਵੱਡੀਆਂ ਕੋਠੀਆਂ ਜਿਹੜੀਆਂ ਇਸ ਸ਼੍ਰੀ ਬਾਲਾ ਜੀ ਇਨਕਲੇਵ ਦੇ ਵਿੱਚ ਬਣ ਰਹੀਆਂ ਨੇ। ਤੇ ਆਹ ਰੋਡ ਤੁਸੀਂ ਦੇਖੋ, ਜਿਹੜੇ ਸਾਈਡ ਰੋਡ ਆ ਗਏ, ਇਹ ਵੀ ਪੂਰੇ ਖੁੱਲੇ ਡੁੱਲੇ ਨੇ, ਖੁੱਲੇ ਡੁੱਲੇ। ਮਤਲਬ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਗੱਡੀ ਜਿਵੇਂ, ਮਤਲਬ ਮੈਂ ਕਹਿਣਾ ਕੋਈ ਪ੍ਰੋਗਰਾਮ ਆ ਘਰੇ, ਚਾਹੇ 100 ਗੱਡੀ ਖੜਾ ਲਓ, ਇੱਥੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ, ਕੋਈ ਦਿੱਕਤ ਨਹੀਂ ਪਾਰਕਿੰਗ ਦੀ। ਇਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈਗੀ। ਤੇ ਦੂਸਰਾ ਇੱਥੇ ਬਈ ਨੇੜੇ ਹਨਾ, ਇੱਥੇ ਰਿਫਾਈਨਰੀ ਵੀ ਪੈਂਦੀ ਹੈ। ਰਿਫਾਈਨਰੀ ਥੋੜਾ ਜਿਹਾ ਦੂਰ ਆ ਜਾਂਦੀ ਹੈ ਜੀ ਜੀ। ਤੇ ਉਹਨਾਂ ਦੇ ਮੰਨ ਲਓ ਕੋਈ ਉਹਨਾਂ ਦੇ ਮੁਲਾਜ਼ਮ, ਕੋਈ ਉਹਨਾਂ ਦੇ ਰਹਿਣ ਵਾਸਤੇ ਇੱਥੇ ਲਗਾਤਾਰ ਮੰਗ ਰਹਿੰਦੀ ਹੈ ਸਾਨੂੰ ਕੋਈ ਕੋਠੀਆਂ ਦੀ। ਠੀਕ ਹੈ ਜੀ। ਮਤਲਬ ਜੇ ਕੋਈ ਮਿੱਤਰ ਇਨਵੈਸਟਮੈਂਟ ਲਈ ਸੋਚਦਾ ਹੈ ਤਾਂ ਉਹ ਇੱਥੇ ਕਿਰਾਏ ਦੇ ਵੀ ਛੇਤੀ ਚੜ ਜੂਗਾ। ਹਾਂਜੀ ਹਾਂਜੀ ਹਾਂਜੀ। ਨਾਲ ਆਪਾਂ ਰੈਂਟ ਆਊਟ ਕਰ ਸਕਦੇ ਨਾਲ ਦੀ ਨਾਲ, ਤੇ ਇਹ ਵੀ ਵਧੀਆ ਚੀਜ਼ ਆ। ਤੇ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਲਈ ਖਾਸ ਕਰਕੇ, ਜਿਵੇਂ ਇੱਧਰ ਨਿਵਾ ਪੱਟੀਆਂ ਗਈਆਂ ਨੇ ਹਾਂਜੀ ਇਹਦੇ ਕੋਠੀ ਦੀਆਂ, ਤੇ ਉੱਧਰ ਇੱਕੋ ਕੋਠੀ ਦਾ ਕੰਮ ਚੱਲ ਰਿਹਾ। ਹਾਂਜੀ ਹਾਂਜੀ, ਲਗਾਤਾਰ ਰਿਹਾਇਸ਼ਾਂ ਚੱਲ ਰਹੀਆਂ ਜੀ, ਕੋਈ ਰਜਿਸਟਰੀਆਂ ਹੋ ਗਈਆਂ ਜੀ। ਠੀਕ ਹੈ। ਦਿੱਕਤ ਨਹੀਂ ਆਈ ਜੀ। ਠੀਕ ਹੈ। ਰਿਹਾਇਸ਼ਾਂ ਇਹਨਾਂ ਦੀ ਹੋ ਜਾਣਗੇ ਥੋੜੇ ਟਾਈਮ ਤੱਕ ਜੀ। ਤੇ ਇਸ ਤੋਂ ਇਲਾਵਾ ਜੋ ਪਰਿਵਾਰ ਇੱਥੇ ਰਹਿ ਰਹੇ ਨਾ, ਹਾਂਜੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ ਵੀ ਕੀ ਫੈਸਿਲਿਟੀਆਂ ਇੱਥੇ ਉਹਨਾਂ ਨੂੰ ਲੱਗੀਆਂ। ਤੇ ਗਰਾਊਂਡ ਵਾਟਰ ਕਿਵੇਂ ਆ ਜੀ? ਗਰਾਊਂਡ ਵਾਟਰ ਬਹੁਤ ਵਧੀਆ ਜੀ। ਜਿਵੇਂ ਆਪਣਾ ਕੋਈ ਆਪਾਂ ਨੂੰ ਮੰਨ ਲਓ ਜੇ ਗਰਾਊਂਡ ਵਾਟਰ ਵੀ ਆਪਾਂ ਵਿਦਆਊਟ ਫਿਲਟਰ ਪੀਣਾ ਹੋਵੇ ਤਾਂ ਉਹ ਵੀ ਕੋਈ ਦਿੱਕਤ ਨਹੀਂ ਜੀ। ਠੀਕ ਹੈ। ਮਤਲਬ ਇੰਨੀ ਸਫਾਈ ਵਾਲਾ ਪਾਣੀ? ਹਾਂਜੀ ਹਾਂਜੀ। ਜਿਵੇਂ ਤੁਹਾਨੂੰ ਸਾਰੀ ਸ਼੍ਰੀ ਬਾਲਾ ਜੀ ਇਨਕਲੇਵ ਆਪਾਂ ਦਿਖਾਈ ਵੀ ਕੀ ਇੱਥੇ ਫੈਸਿਲਿਟੀਆਂ ਨੇ, ਕੀ ਇੱਥੇ ਜਿਵੇਂ ਸੜਕਾਂ ਦਾ ਜਾਂ ਪਾਣੀ ਦਾ ਜੋ ਇੱਥੇ ਗਰਾਊਂਡ ਵਾਟਰ, ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕੀਤੀ। ਤੇ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਇੱਥੇ ਪਹਿਲਾਂ ਤੋਂ ਰਹਿ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਆਪਣਾ ਨਾਮ? ਮੇਰਾ ਨਾਮ ਹੈ ਜੀ ਬੰਤਾ ਸਿੰਘ ਜੀ। ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ? ਮੈਨੂੰ ਇੱਥੇ ਜੀ 1.5 ਸਾਲ ਹੋ ਗਿਆ ਰਹਿੰਦੇ ਨੂੰ। ਮੈਂ ਮਾਰਚ 'ਚ ਇੱਥੇ ਆਇਆ ਸੀ। ਠੀਕ ਹੈ ਜੀ। 1.5 ਸਾਲ ਦੇ ਕਰੀਬ ਹੋ ਗਿਆ ਜੀ। ਅਤੇ ਬਹੁਤ ਵਧੀਆ ਇੱਥੇ ਮੰਨ ਲਓ ਇੰਤਜ਼ਾਮ ਹੈ ਸਾਰਾ। ਮੰਨ ਲਓ ਇੱਥੇ ਪਾਰਕ ਵਧੀਆ ਬਣੇ ਹੋਏ ਆ, ਵਧੀਆ ਵਾਟਰ ਸਪਲਾਈ ਚੱਲਦੀ ਹੈ, ਸੀਵਰੇਜ ਵਧੀਆ ਪਿਆ ਹੋਇਆ। ਠੀਕ ਹੈ। ਅਤੇ ਆਪਾਂ ਨੂੰ ਸਿਕਿਉਰਿਟੀ ਵੀ ਵਧੀਆ ਮਿਲ ਰਹੀ ਹੈ। ਠੀਕ ਹੈ ਜੀ। ਚਾਰੇ ਪਾਸੇ ਮੈਂ ਦੇਖ ਰਿਹਾ ਨਾ ਬਾਉਂਡਰੀ ਬੱਜੀ ਹੋਈ ਆ ਜੀ। ਮਤਲਬ ਇੱਕ ਹੁੰਦਾ ਨਾ ਸਭ ਤੋਂ ਵੱਡੀ ਗੱਲ, ਆਪਾਂ ਕਿਸੇ ਜਗ੍ਹਾ ਤੋਂ ਨਵੇਂ ਥਾਂ ਤੇ ਰਹਿਣੇ ਆ, ਸਿਕਿਉਰਿਟੀ ਦਾ ਪਰਪਜ਼ ਵੱਡਾ ਹੁੰਦਾ। ਬਹੁਤ ਵਧੀਆ ਜੀ। ਸਾਨੂੰ ਕੋਈ ਫੀਲ ਹੀ ਨਹੀਂ ਹੋਇਆ ਇੱਥੇ ਰਹਿਣ 'ਚ ਵੀ ਮੰਨ ਲਓ ਕੋਈ ਦਿੱਕਤ ਆਈ ਹੋਵੇ ਕੋਈ। ਪਿੰਡ ਤੋਂ ਸ਼ਿਫਟ ਹੋਏ ਕਿ ਸਰ ਇੱਥੋਂ ਲੋਕਲ? ਨਹੀਂ ਇੱਥੇ ਲੋਕਲ। ਠੀਕ ਹੈ ਜੀ। ਮੈਂ ਪਹਿਲਾਂ ਇੱਥੇ ਬਾਗ ਰੋਡ 'ਤੇ ਰਹਿੰਦਾ ਸੀ ਲੋਕਲ। ਠੀਕ ਹੈ ਜੀ। ਉੱਥੋਂ ਇੱਧਰ ਆਇਆ ਜੀ। ਹਾਂਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਮਨਦੀਪ ਸਿੰਘ ਬੰਗੀ ਤੋਂ ਟੀਚਰ ਆਏ ਜੀ। ਜੀ ਮੈਂ 3-4 ਮਹੀਨੇ ਪਹਿਲਾਂ ਹੀ ਜਿਹੜਾ ਹੈਗਾ ਪਲੋਟ ਖਰੀਦਿਆ ਸੀਗਾ ਜੀ ਬਾਈ। ਅਤੇ ਮੇਰਾ ਕੰਸਟਰਕਸ਼ਨ ਸ਼ੁਰੂ ਕੀਤੀ ਹੋਈ ਹੈ ਪਲੋਟ ਦੀ,
ਮਤਲਬ ਮਕਾਨ ਜਿਹੜਾ ਦੂਰੀ ਮੰਜ਼ਿਲ ਜਿਹੜੀ ਬਣਾ ਰਿਹਾ ਮੈਂ, ਬਹੁਤ ਵਧੀਆ ਸ਼ਾਂਤੀ ਹੈ, ਬਹੁਤ ਵਧੀਆ ਮਾਹੌਲ ਹੈ, ਜੰਗਲ 'ਚ ਮੰਗਲ ਲੱਗਿਆ ਹੋਇਆ। ਠੀਕ ਹੈ ਜੀ। ਪਹਿਲਾਂ ਕਹਿੰਦੇ ਜਿਵੇਂ ਸੁਣਨ 'ਚ ਆਇਆ ਸੀ ਵੀ ਇੱਥੇ ਬਹੁਤ ਜੰਗਲ ਸੀ, ਬਹੁਤ ਦਰਖਤ ਸੀ, ਪਰ ਹੁਣ ਚੰਡੀਗੜ੍ਹ ਮਾਹੌਲ ਬਣਿਆ, ਮਾਹੌਲ ਮਿਲਿਆ, ਮਾਹੌਲ ਮਿਲਿਆ। ਇੱਕ ਚੀਜ਼ ਬਈ ਹੋਰ ਹੁੰਦੀ, ਜਿਵੇਂ ਬਾਈ ਹੋਰੀ ਦੱਸਦੇ ਵੀ ਜਿਹੜੇ ਰੇਟ ਨੇ ਉਹ ਬਹੁਤ ਰੀਜਨੇਬਲ ਹੈ, ਅਤੇ ਤੁਸੀਂ ਜਦੋਂ ਪਲਾਟ ਲਿਆ ਹੁਣ ਆਲਾ ਦੁਆਲਾ ਚੈੱਕ ਹੀ ਕੀਤਾ ਹੁਣ ਵੀ ਕੀ ਰੇਟ ਚੱਲਦਾ, ਉਹਦੇ ਹਿਸਾਬ ਨਾਲ ਰੇਟ ਠੀਕ ਨੇ? ਮੰਡੀ ਤੋਂ ਅੱਧ ਰੇਟ 'ਚ ਮਿਲਿਆ ਜੀ ਮੈਨੂੰ। ਠੀਕ ਹੈ ਜੀ। ਜਿਹੜੇ ਮੰਡੀ ਦੇ ਵਿੱਚ ਰੇਟ ਮੈਂ ਦੇਖ ਰਿਹਾ ਸੀਗਾ ਉਹਨਾਂ ਤੋਂ ਅੱਧੇ ਰੇਟ 'ਤੇ ਮਿਲਿਆ। ਠੀਕ ਹੈ ਜੀ। ਮਤਲਬ ਸ਼ਹਿਰ 'ਚ ਪਿੰਡ ਵਾਲਾ ਮਾਹੌਲ ਮਿਲ ਗਿਆ, ਰੇਟ ਅੱਧ 'ਤੇ ਮਿਲ ਗਿਆ, ਅਤੇ ਫੈਸਿਲਿਟੀਆਂ ਸਾਰੀਆਂ ਮਿਲ ਗਈਆਂ, ਬਹੁਤ ਵਧੀਆ ਜੀ। ਜੀ ਅਤੇ ਬਾਈ ਜੀ ਇਹ ਆਪਣੀ ਕੰਸਟਰਕਸ਼ਨ ਚੱਲ ਰਹੀ ਹੈ? ਹਾਂਜੀ ਆਪਣਾ ਬਣਾ ਰਹੇ ਜੀ। ਠੀਕ ਹੈ ਜੀ। ਅਤੇ ਕੀ ਕਹਿਣਾ ਚਾਹੋਗੇ ਜਿਵੇਂ ਇੱਥੇ ਪਲਾਟ ਲਿੱਤਾ ਅਤੇ ਕਿਵੇਂ ਫੀਲ ਹੋਇਆ? ਬਹੁਤ ਵਧੀਆ ਜੀ, ਵਧੀਆ ਵਾਤਾਵਰਨ ਹੈ। ਠੀਕ ਹੈ ਜੀ। ਪਾਰਕ ਬਣੇ ਹੋਏ ਆ ਦੋ। ਠੀਕ ਹੈ ਜੀ। ਅਤੇ ਪਾਣੀ ਦੀ ਪੂਰੀ ਵਧੀਆ ਸਹੂਲਤ ਹੈ। ਠੀਕ ਹੈ। ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ, ਪਲਾਟਾਂ ਦੇ ਰੇਟ ਰੂਟ ਵੀ ਮੰਡੀ ਨਾਲੋਂ ਬਹੁਤ ਰਿਆਤ ਹੈ। ਠੀਕ ਹੈ। ਕੋਈ ਦਿੱਕਤ ਨਹੀਂ, ਮੂਹਰੇ ਗੇਟ ਸਿਕਿਉਰਿਟੀ ਹੈ। ਠੀਕ ਹੈ। ਸਾਨੂੰ ਉਹ ਨਹੀਂ, ਪੂਰਾ ਵਧੀਆ ਲੱਗਦਾ ਕੰਮ। ਠੀਕ ਹੈ ਜੀ। ਨਾਲੇ ਖੁੱਲੀ ਡੁੱਲੀ ਹੋ ਗਈ ਸਭ ਤੋਂ। ਹਾਂਜੀ ਹਾਂ, ਖੁੱਲ੍ਹਾ ਮਾਹੌਲ ਹੈ ਜੀ, ਸੜਕਾਂ ਚੌੜੀਆਂ ਜੀ, ਅਤੇ ਕੋਈ ਦਿੱਕਤ ਨਹੀਂ, ਜਮਾਂ ਸਹੀ ਹੈ ਜੀ, ਬਾਜ਼ਾਰ ਨਾਲੋਂ ਕਿਤੇ ਵਧੀਆ ਜੀ। ਐਂ ਲੱਗ ਰਿਹਾ ਜੀ ਮੈਂ ਚੰਡੀਗੜ੍ਹ ਫਿਰਦੇ ਆਉਂਦਾ। ਠੀਕ ਹੈ ਜੀ। ਹਾਂਜੀ ਹਾਂਜੀ।